ਨਮਸਕਾਰ ਜੀ ਸਾਰਿਆਂ ਨੂੰ ਲਓ ਜੀ ਅੱਜ ਦੇ ਦਿਨ ਦੇ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਕਰਤੀ ਕੱਲ ਵਾਲੇ ਵਲੌਗ ਦੀ ਸ਼ੁਰੂਆਤ ਬਾਬਾ ਇਸ ਨੂੰ ਆਈ ਨਾ ਆਪਣੇ ਲੈ ਬੀ ਸੱਜੀ ਇੱਕ ਮੇਰੀ ਆ ਗਈ ਆ ਇਹ ਸੱਜੀਆਂ ਦੋ ਮੇਰੀਆਂ ਆਉਂਡੀਆਂ ਅਜੇ ਕੱਲ੍ਹ ਨੂੰ ਗੱਲਾਂ ਕਰਾਉਂਦੇ ਆ ਫਿਰ ਵੀਰ ਮੇਰੇ ਉਹ ਅੱਜ ਨਾ ਥੋੜ੍ਹੀ ਜਿਹੀ ਰੂਟੀਨ ਚੇਂਜ ਕਰਤੀ ਆਪਾਂ ਅੱਜ ਤੋਂ ਰੂਟੀਨ ਇਹ ਹੋ ਜੂਗੀ ਦੱਸਦੇ ਹਾਂ ਹੌਸਲਾ ਕਰੋ ਕਰਕੇ ਦੱਸਦੇ ਹਾਂ ਇਹ ਨਾ ਬਾਈ ਕੋਈ ਚੀਜ਼ ਵਿੱਚ ਰਹਿ ਗਈ ਤੁਸੀਂ ਮੇਰੀ ਜਾਨ ਤੰਗ ਕਰਨੀ ਲੈ ਬਾਈ ਤੂੰ ਗੱਲ ਕਰ ਦਿੰਦਾ ਤੇ ਬਾਈ ਕਰਦਾ ਕੁਰਦਾ ਨਹੀਂ ਪਰ ਕੱਲ੍ਹ ਬੜੇ ਸੋਹਣੇ ਕਮੈਂਟ ਆਏ ਕੱਲ੍ਹ ਜਦੋਂ ਗੱਡੀ ਲੈ ਗਏ ਨਾ ਆਪਾਂ ਡਰਾਈਵਰ ਅਤੇ ਵਿੱਚ ਜਦੋਂ ਮੈਂ ਸਟੋਰੀਆਂ ਪਾਈਆਂ ਸਨੈਪਚੈਟ 'ਤੇ ਸਟੋਰੀ ਥੱਲੇ ਨਾ ਮੈਸੇਜ ਆਏ ਦੇ ਬਾਈਆਂ ਦੇ ਉਹ 'ਚ ਰਿਪਲਾਈ ਬੜਾ ਸੌਖਾ ਹੋ ਜਾਂਦਾ ਅਤੇ ਉਹ 'ਚ ਮੈਸੇਜ ਆਏ ਬਾਈਆਂ ਦੇ ਕਹਿੰਦੇ ਬਾਈ ਯਾਰ ਤੂੰ ਕੰਮ ਦੇ ਭਾਵੇਂ ਚੀਜ਼ ਦਾ ਲੇਟ ਕਰਾਉਂਦਾ ਪਰ ਸਿਰਾ ਕਰਾ ਦੇਣਾ ਅਤੇ ਇਹੋ ਜਿਹੀ ਚੀਜ਼ਾਂ ਮੈਂ ਕਮੈਂਟ ਜਾਂ ਮੈਸੇਜ ਪੜ੍ਹੇ ਨਾ ਸੌਂ ਲੱਗੇ ਧਰਮਣਾ ਰੂਹ ਹੀ ਖੋਜ ਹੋ ਗਈ ਮੈਂ ਨਾ ਕਾਹਨੂੰ ਗੱਲਾਂ ਹੀ ਹੋ ਗਈਆਂ ਹੈ ਬੜੇ ਸੋਹਣੇ ਸੋਹਣੇ ਮੈਸੇਜ ਆਏ ਡਰਾਈਵਰ 'ਤੇ ਅਤੇ ਬਾਬੇ ਕਿਰਪਾ ਡਰਾਈਵਰ ਬੜੀ ਸੋਹਣੀ ਮਤਲਬ ਕਿ ਆਪਾਂ ਵੀਰ ਨੇ ਤਿਆਰ ਕਰਕੇ ਦਿੱਤੀ ਇੱਕ ਹੁੰਦਾ ਨਾ ਯਾਰ ਕਿ ਆਪਾਂ ਪੈਸੇ ਲਾ ਕੇ ਬਾਅਦ ਚੋਂ ਮਜ਼ਾ ਨਹੀਂ ਆਉਂਦਾ ਪਰ ਉਹ ਪੈਸੇ ਲਾਉਣ ਤੋਂ ਬਾਅਦ ਸਵਾਦ ਆ ਗਿਆ ਹੈ ਨਾ ਪੈਸੇ ਲੱਗੇ ਤਾਂ ਮੁੱਲ ਮੁੜ ਗਿਆ ਬਾਈ ਚੱਕਰ ਆ ਵਾ ਹੁਣ ਜਿੱਦਾਂ ਮੈਨੂੰ ਮੇਰਾ ਇੱਕ ਯਾਰ ਕਹਿਣ ਡਿਆ ਕਹਿੰਦਾ ਯਾਰ ਮੈਂ ਕੱਪੜੇ ਲੈਂਦਾ ਕਦੇ ਮੈਨੂੰ ਕੱਪੜੇ ਲੈ ਕੇ ਪੈਸੇ ਖਿੱਚ ਕੇ ਮਜ਼ਾ ਨਹੀਂ ਮੈਨੂੰ ਕੱਪੜੇ ਲਿਆ ਕੇ ਦਿਓ ਕਹਿੰਦਾ ਸਵਾਦ ਨਹੀਂ ਆਉਂਦਾ ਇੱਥੋਂ ਕੱਪੜੇ ਲੈਣ ਦਾ ਪੈਸੇ ਵੀ ਲਾ ਲਈਦੇ ਯਾਰ ਸੋ ਇਹਨੂੰ ਸੱਜੀ ਨੂੰ ਕੱਪੜੇ ਲਿਆ ਕੇ ਦੇਵਾਂਗੇ ਆਪਾਂ ਜਿੱਦਣ ਜਲੰਧਰ ਗਏ ਤਾਂ ਕਰਕੇ ਪੈਸੇ ਲੈ ਜਾਂ ਮਜ਼ਾ ਤਾਂ ਆਵੇ ਹੈ ਨਾ ਅੰਦਰੋਂ ਫੀਲਿੰਗ ਗੁੱਡ ਆਏ ਵਾਈਵ ਘੈਂਟ ਹੋਣ ਕਿ ਨਹੀਂ ਯਾਰ ਸਵਾਉਣ ਖਲੋਤੀ ਡਰ ਸਵਾਦ ਆਉਣ ਡਿਆ ਵੇ ਕਿ ਨਹੀਂ ਬਈ ਕੋਈ ਆਵੇ ਬਾਬਾ ਸਵੇਰੇ ਸਵੇਰੇ ਆਇਆ ਮੈਨੂੰ ਕਹਿੰਦਾ ਯਾਰ ਮਜ਼ਾ ਆਉਂਦਾ ਗੱਡੀ ਸੋਹਣੀ ਲੱਗਦੀ ਆ ਸੋ ਆ ਜਾਓ ਮਤਲਬ ਡਾਇਟ ਕਰੀਏ ਸ਼ੁਰੂ ਪਹਿਲਾ ਮੀਲ ਵੈਸੇ ਕਰ ਚੁੱਕੇ ਹਾਂ ਪਹਿਲਾ ਮੀਲ ਸਾਡਾ ਹੈਗਾ ਗਰਮ ਪਾਣੀ ਦਾ ਅਤੇ ਉਹ ਤੋਂ ਬਾਅਦ ਹੁਣ ਆਹ ਮੀਲ ਉਹ ਤੋਂ ਬਾਅਦ ਫਿਰ ਤੁਹਾਨੂੰ ਦੱਸਦਾ ਮੈਂ ਕੀ ਕਰਨਾ ਜੇ ਨਵੀਂ ਨਵੀਂ ਚੀਜ਼ਾਂ ਥੋੜ੍ਹੀਆਂ ਕਰਨੀਆਂ ਆਪਾਂ ਐਡ ਆਨ ਕੀਤੀਆਂ ਐਡ ਆਨ ਨਹੀਂ ਹੁੰਦੀਆਂ ਨਾ ਅੰਗਰੇਜ਼ੀ 'ਚ ਆਪਣਾ ਥੋੜ੍ਹਾ ਜਿਹਾ ਹੱਥ ਢਹਿਟ ਆ ਵੀਰ ਸੋਹਣਿਓ ਅਤੇ ਬਾਕੀ ਤਾਂ ਮਰਜ਼ੀ ਤੁਹਾਡੀ ਭਾਊ ਵਲੌਗ ਤੁਸੀਂ ਵੇਖ ਲੈਂਦੇ ਵੀ ਕਿੱਡੇ ਖੁਸ਼ ਹੋਣ ਡੇ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਆਹ ਜਿਹੜੇ ਵੇਂਦੇ ਨਾ ਤੇ ਲਾ ਕੇ LEDਆਂ ਦੇ ਇਹ LED ਲਾ ਕੇ ਵੇਖਦੇ ਨਾ ਇਹ ਕਮੈਂਟ ਕਰਦੇ ਅਤੇ ਨਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਅਤੇ ਨਾ ਤੁਸੀਂ ਲਾਈਕ ਕਰਦੇ ਜੇ ਡੇਢ ਦੋ ਲੱਖ ਵਿਊ ਆਉਂਦਾ ਅਤੇ ਲਾਈਕ ਸਾਰੇ ਹੁੰਦੇ 11-12 ਹਜ਼ਾਰ ਅਤੇ ਵੇਖ ਕੇ ਮੈਨੂੰ ਕਿਸੇ ਵੀਰ ਨੇ ਕਮੈਂਟ ਨਹੀਂ ਕੀਤਾ ਸੀ ਮੈਂ ਕੋਈ ਗੱਲ ਨਹੀਂ ਮੈਂ ਲਾਮਾ ਹੀ ਦੇਣਾ ਤੁਹਾਨੂੰ ਹੈ ਨਾ ਜੇ ਤੁਸੀਂ ਮੈਨੂੰ ਲਾਮਾ ਦੇ ਦਿੰਦੇ ਬਾਈ ਕਦੂੜਾ ਵਲੌਗ ਨਹੀਂ ਬਣਾਇਆ ਆਹ ਨਹੀਂ ਬਣਾਇਆ ਉਹ ਨਹੀਂ ਬਣਾਇਆ ਕਿ ਲਾਮਾ ਹੀ ਹੁੰਦਾ ਨਾ ਚਲੋ ਮੈਂ ਬਾਈ ਉਹਨੇ ਕੋਈ ਉਹ ਵਿੱਚੋਂ ਕੱਢ ਕੇ ਹੌਲੀ ਹੌਲੀ ਕੰਮ ਕਰਦਾ ਰਹਿੰਦਾ ਪਰ ਤੁਸੀਂ ਆਹ ਕੰਮ ਨਹੀਂ ਕਰਨ ਡੇ ਪਿੱਛੇ ਜੇ ਬੜਾ ਬੇਖੂਬੀ ਕੀਤਾ ਹੈ ਬਾਈ ਲੁਧਿਆਣਾ ਵੀ ਪਈ ਲੁਧਿਆਣੇ ਵਿਆਹ ਸ਼ਾਹ ਜੀ ਮੇਰੇ ਭਰਾ ਸਕੂਲ ਵਾਲੇ ਭੈਣ ਸ਼ੈਗਲ ਖੇਤਾ ਹੈ ਤੇਰਾ ਭਲਾ ਅਜੇ ਸ਼ੈਗਲ ਜ਼ਿੰਦਗੀ ਘੈਂਟ ਆ ਹੈ ਕਿਆ ਬਾਤ ਹੈ ਇੰਨੀ ਮਾੜੀ ਇਹਨੇ ਮੰਨਿਆ ਜਿੱਦਣ ਇੰਨੀ ਮਾੜੀ ਹੋਈ ਨਾ ਆਪਣੇ ਵੱਲੋਂ ਜਿੱਦਾਂ ਕੁੱਤਿਆਂ ਮਗਰ ਨਹੀਂ ਭੱਜਦਾ ਇਹ ਕਿ ਉਹ ਗਾਹ ਦਾ ਗਾੜੀ ਲੈ ਕੇ ਭੱਜ ਜਾਂਦੇ ਆ ਇੱਦਾਂ ਹੀ ਬਿੱਲੀ ਪਿੱਛੇ ਭੱਜਾ ਜਦੋਂ ਮੈਂ ਗੇਟ ਨਹੀਂ ਖੋਲਿਆ ਮੈਂ ਤੇ ਬਾਬੇ ਨੇ ਬਿੱਲੀ ਇੱਧਰਲੇ ਪਾਸੇ ਬਿੱਲੀ ਪਿੱਛੇ ਭੱਜਿਆ ਬਿੱਲੀ ਦੇ ਮਾਰੀ ਚਪੇੜ 3-4 ਵਜੇ ਲੱਗ ਗਈਆਂ ਤੇ ਮੇਰੇ ਮੂੰਹ ਵਾਲੇ ਵੇਖੀ ਢਲਵਾ ਕੀ ਬਣ ਗਿਆ ਮੇਰੇ ਨਾਲ ਇਹ ਕਿਹੜੀ ਬਲਾ ਤੁਸੀਂ ਰੱਖੀ ਹੋਰ ਹੈ ਓਏ ਇਹ ਮੇਰੇ ਤੋਂ ਤਕੜੀ ਹੈ ਦੱਸਦਾ ਨਹੀਂ ਇਹ ਕੁੱਤਾ ਮੇਰਾ ਇੱਦਾਂ ਭੱਜਦਾ ਨਾ ਇਹ ਬ੍ਰੇਕਾਂ ਫੇਲ ਮੈਂ ਕਿਹਾ ਬਣ ਜਾਂਦਾ ਕੁੜੀ ਵਾ ਮਾਤਾ ਆਖਣ ਲੱਗਦਾ ਦੱਸਦਾ ਨੀ ਘਰੇ ਜਿਮ ਲਾਵਾ ਮੈਂ ਦੱਸਦਾ ਨੀ ਮਾਤਾ ਵਾਲਿਆ ਭਾਈ ਇੱਥੇ ਚਲੀਏ ਜਿਮ ਨੂੰ ਜਿਮ ਜਾਣ ਤੋਂ ਪਹਿਲਾਂ ਗੁਰੂ ਮਹਾਰਾਜ ਦਰਸ਼ਨ ਮੇਲੇ ਕਰ ਲਈਏ ਫਿਰ ਜਿਮ ਜਾ ਕੇ ਤੇ ਫਿਰ ਥੋੜ੍ਹੀਆਂ ਚੀਜ਼ਾਂ ਜਿਹੋ ਜਿਹੀਆਂ ਲੈ ਕੇ ਆਉਣੀਆਂ ਜਿਹੜੀਆਂ ਡੇਲੀ ਰੂਟੀਨ ਦੇ ਵਿੱਚ ਐਡ ਕਰਨੀਆਂ ਪਰ ਕੱਲ੍ਹ ਨੂੰ ਗੱਲਾਂ ਕਰਿਆ ਕਰਨੀਆਂ ਰੋਜ਼ ਹੀ ਬਸ ਇੱਕ ਦਿਨ ਮੈਂ ਚੰਡੀਗੜ੍ਹ ਵਿੱਚ ਜਾਣਾ ਪਵੇ ਅਤੇ ਓਕੇ ਰਿਪੋਰਟ ਜੀ ਪਬਜੀ ਖੇਡੀ ਜਾਂਦੇ ਇੱਦਾਂ ਨਹੀਂ ਗੱਲ ਬਣਨੀ ਪਬਜੀ ਦੇ ਨਾਲ ਲੱਗਾ ਕੁੜੀਆਂ ਵਾਲੀ ਕਿੰਨੀਆਂ ਘੱਟ ਐਡ ਹੋ ਜਾਣੀਆਂ ਬੱਲਾ ਜੀ ਪਬਜੀ ਖੇਡਦਾ ਮੈਨੂੰ ਅੱਜ ਪਤਾ ਲੱਗਾ ਕੋਕੋ ਓਏ ਕੋਕੋ ਇੱਧਰ ਆਇਆ ਓ ਕੋਕੋ ਆਇਆ ਆਇਆ
ਇੱਧਰ ਆ, ਇੱਧਰ ਬੰਦੇ ਪਤਾ, ਇੱਧਰ ਚੱਲ ਚੱਲ, ਇੱਧਰ ਚੱਲ ਚੱਲ ਅੰਦਰ, ਗਰਮੀ ਤੁਰਿਆ ਫਿਰਦਾ, ਇੱਧਰ ਜਾ, ਇੱਧਰ ਇੱਧਰ ਸੁਣਿਆ ਕਿ ਨਹੀਂ ਤੈਨੂੰ ਹੈ ਓਏ, ਇੱਧਰ ਚੱਲ ਅੰਦਰ ਚੱਲ 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 ਚੱਲ, ਅਰੇ ਗਰਮੀ ਬਾਹਰ ਤੁਰਿਆ ਫਿਰਦਾ ਤੇ ਤੂੰ ਮੇਰੇ ਕੋਲ ਛੋਤਰ ਖਾਣਾ ਹੀ ਹੁਣ, ਹੋਰ ਕੋਈ ਗੱਲ ਨਹੀਂ, ਚੱਲ ਅੰਦਰ ਚੱਲ ਅੰਦਰ ਚੱਲ 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 ਚੱਲ, ਬਿਮਾਰ ਹੋ ਗਿਆ ਤਾਂ ਸਾਲਿਆ ਬਾਅਦ 'ਚ ਫਿਰ ਵੇਖੇਗਾ ਤਾਂ ਠਾਂ, ਗਰਮੀ ਪਤਾ ਕਿੰਨੀ ਹੈ, ਉਹ ਚੱਲੀਏ ਆਪਾਂ ਫਿਰ, ਉੱਠੋ ਫਿਰ ਚੱਲੀਏ, ਜੇ ਜੀ ਆਪਾਂ ਸਮਾਨ ਲਿਆ ਪੈਣਾ ਸਾਰਾ ਸਿਰਦਾ ਹੀ ਦਾ, ਰਗੜਾ ਰੋਜ਼ ਲੱਗਿਆ ਕਰੂਗਾ ਆਪਣਾ ਰੋਜ਼ ਹੀ, ਨਾ ਇੱਥੇ ਹਾਂ ਲੈ ਆਪਾਂ ਏ ਸੀ ਦੇ ਕਮਰੇ ਬਹਿ ਕੇ ਲਾ ਕਰਨਾ, ਬਸ ਠੀਕ ਆ, ਅੱਜ ਸਾਰਾ ਸਮਾਨ ਘੱਟੋ ਘੱਟ 15-20 ਦਿਨਾਂ ਦਾ ਆਪਾਂ ਸਮਾਨ ਅੱਜ ਲੈ ਕੇ ਆਉਣਾ ਹੀ, ਅਤੇ ਬਾਬਾ ਆਪਣਾ ਸਾਹ ਛੱਡ ਗਿਆ, ਆਪਾਂ ਹੀ ਜਾਣਾ ਪੈਣਾ, ਚੱਲੀ ਮੰਨੇ ਮੰਨਾ ਸਾਡੇ ਨਾਲ ਜਾਣਾ ਵਾ, ਮੰਨਾ ਚੱਲ ਫੜ ਬੈਗ ਮੰਨੇ ਚੱਲੀਏ ਆਪਾਂ, ਚੱਲ ਵੇ ਭਾਈ ਐਕਸਾਈਜ਼ ਲੱਗ ਗਈ, ਓਹੋ ਪਲੈਸ ਹੁਣ ਸੀ ਓਕੇ, ਇਹਨੇ ਚੇਤਾ ਭੁੱਲ ਗਿਆ ਲੈ ਬਈ ਗੈਂਗ ਚਲੀ ਉਹ ਜਿਮ ਨੂੰ, ਹੈਂ ਬੜਾ ਕੁੱਤੇ ਲੈ ਗਿਆ ਨਾ, ਕੰਮ ਤੇ ਬੜੇ ਕਰਨ ਵਾਲੇ ਨੇਗੇ ਨੇਗੇ ਬੰਦੇ, ਅਸੀਂ ਤਾਂ ਹੀ ਵੱਧ ਗਏ ਨਾ ਬੰਦੇ, ਹੁਣ ਇਹ ਵਿਹਲੇ ਹੋ ਗਏ ਤੇ ਹੁਣ ਅਸੀਂ ਇੱਧਰ ਬਿਜੀ ਹੋ ਗਏ, ਹੈਂ ਪਰ ਅਸੀਂ ਚਿੱਲ ਵੀ ਕਰਨਾ ਨਾਲ ਨਾਲ, ਅਸੀਂ ਅੱਜ ਅੱਜ ਸਮਾਨ ਲੈ ਕੇ ਸੀ, ਅੱਜੀ ਵੀ ਮੇਰੇ ਕੋਲ ਲਿਸਾ ਆ ਗਿਆ ਕਹਿੰਦਾ ਦੰਜੀ ਕਿੱਥੇ, ਦੰਜੀ ਪੁੱਛੋ ਗਲਤ ਕੰਮ ਕਰਨ ਦੇ ਪਏ, ਪਬਜੀ ਖੇਡਣ ਦੇ ਪਏ ਲੈ ਕੇ ਪਹਿਲੇ ਲੱਗੇ ਪਬਜੀ ਵਾਲੇ ਨੂੰ, ਜੀ ਦਾ ਭੈਣ ਜਿੱਦ ਕੀ ਚੱਲਦਾ ਰਹਿੰਦਾ ਹੈ, ਮੈਂ ਤਾਂ ਕਦੀ ਖੇਡੀ ਤਾਂ ਸੋਹਣ ਲੱਗੀ ਜ਼ਿੰਦਗੀ 'ਚ, ਮੈਂ ਕਦੀ ਪਬਜੀ ਨਹੀਂ ਖੇਡੀ, ਬੜਾ ਮਜ਼ਾ ਆਉਂਦਾ ਸਾਰਾ ਖੇਡਣ ਦਾ ਵੀ, ਮੈਂ ਚਲੋ ਆਉਂਦੇ ਨਾ ਜਿਹੜੀ ਚੀਜ਼ ਦਾ ਮਜ਼ਾ ਆਉਂਦਾ ਮਜ਼ਾ ਲੈ ਕੇ ਵੇਖਣਾ ਚਾਹੀਦਾ, ਅੱਜ ਅੱਜ ਸ਼ਦਾਈ ਪੀ ਕੇ ਫਿਰ ਪਬਜੀ ਖੇਡ ਕੇ ਵੇਹਣੇ ਆ, ਇਹ ਨਾ ਸਾਲੇ ਮੈਨੂੰ ਪੁੱਠੇ ਪਾਸੇ ਲੱਗਦਾ ਮੈਂ ਕੰਮ ਕਿੱਥੋਂ ਦੋ ਜਾਵਾਂ, ਹੈਂ ਬਾਬਾ ਇੱਕ ਮਿੰਟ ਬਾਬੇ ਨਾਲ ਗੱਲ ਸੀ, ਕਹਿੰਦਾ ਸਾਡੇ ਪਿੰਡ ਦੇ ਬੰਦੇ ਸੀ ਸਾਡੇ ਘਰੇ ਲਾਮਾ ਲੈ ਕੇ ਆਏ, ਮੇਰੀ ਡੈਡੀ ਨੂੰ ਵੀ ਸਮਝਾਉਣ ਡੈ ਪਿਆ ਕਿ ਢਿੱਲੋ ਦੇ ਘਰ ਵੀ ਤਾਂ ਆਪਣੇ ਮੁੰਡੇ ਨੂੰ ਲੈ ਕੇ ਰਹੋ, ਆਪਾਂ ਕਹਿੰਦੇ ਕਹਿੰਦੇ ਯਾਰ ਕਿਉਂ ਇੱਦਾਂ ਕਰਦੇ ਹੁੰਦੇ ਜੀ, ਸਾਡਾ ਕੀ ਮਾੜਾ ਵੇਖ ਲਿਆ ਤੁਸੀਂ, ਨਾ ਸਾਨੂੰ ਮਿਲੇ ਨਾ ਗਿਲੇ, ਹੁਣ ਬਾਬਾ ਸਾਡੇ ਨਾਲ ਵਧੀਆ ਵਰਤਾ ਸਾਡਾ ਤੇਮ ਹੋ ਪਿਆ ਬੰਦੇ, ਗੱਲ ਹਾ ਵਾ ਨਾ ਗੱਲ ਹਾ ਵਾ ਕਿ ਇਹਦਾ ਸਾਡੇ ਨਾਲ ਤੇਮ ਹੋ ਕਿਉਂ ਆ, ਤੇਰੇ ਬਾਬਾ ਘਰੇ ਕਹਿ ਤਾ ਕਿਸੇ ਨੇ, ਜਮਾ ਦੁਖੀ ਨੀ ਸਬਲ ਗੈਂਗ ਬਹੁਤ ਜਿਆਦਾ ਬਣ ਗਈਆਂ, ਜਿਹੜਾ ਕੁੱਤਾ ਜਿਆਦਾ ਭੌਂਕਦਾ ਇਹਦਾ ਨਾਂ ਲਿਖਣਾ ਡੱਬੂ, ਡੱਬੂ ਕੁੱਤਾ ਚੱਲ ਵੀ ਡੱਬੂ ਤਗੜਾ ਭੌਂਕ ਤਗੜਾ ਮੇਰਾ ਬਹੁ, ਇਹ ਡੱਬੂ ਹੋਣੀ ਕੁੜੀ ਹੋਵੇ ਬਾਹਰ ਤੱਕ ਭੌਂਕ ਜਾਂਦੇ ਆ, ਡੱਬੂ ਹੋਣੀ ਕੁੜੀ ਖਾਣ ਤੋਂ ਡਰਦੇ ਤਾਂ ਬਾਹਰ ਜਾ ਕੇ ਭੌਂਕਦੇ, ਨਹੀਂ ਸਹੀ ਗੱਲ ਖਾ ਲੈਂਦਾ, ਚੱਲ ਬਾਬਾ ਚੱਲੀਏ ਰੇਸ ਨਹੀਂ ਮਾਮਾ, ਇਹੋ ਐਸੇ ਗੱਲਾਂ ਬਾਬਾ ਛੇਤੀ ਜੀ ਨਹੀਂ ਦੇਣ ਦਿਆ, ਵੇਖਿਆ ਮੇਰੇ ਕੋਲ ਨਹੀਂ ਯਾਰ ਗੁਰੂਆ, ਨਹੀਂ ਨਹੀਂ ਠੀਕ ਆ ਆਹੋ ਚੱਲ ਪਤਾ ਤਾਂ ਹੈਗਾ ਮੰਨੇ ਫਿਰ ਰੀਸਾਂ ਕਾਪੀ ਤੇ ਕਰਨ ਉਸੇ ਵੇਲੇ, ਪਰ ਇਹ ਗੱਲ ਹੁੰਦੀ ਨਾ ਓਰੀਜਨਲ ਚੀਜ਼ ਓਰੀਜਨਲ ਹੀ ਹੁੰਦੀ ਆ, ਹੈਂ ਕਿਉਂ ਬਾਬਾ ਹੈਂ ਡੈਡੀ ਡੈਡੀ ਹੁੰਦਾ ਅਤੇ ਪੁੱਤ ਪੁੱਤ ਹੀ ਹੁੰਦਾ ਆ, ਹੈਂ ਦੱਸਦਾ ਨਹੀਂ, ਕਾਪੀਆਂ ਵੀ ਕਰਨੀਆਂ ਵਾ ਅਤੇ ਸਾੜਾ ਵੀ ਸਾਲਾ ਸਾਡੇ ਤੋਂ ਕਰਨਾ ਵਾ, ਹੈਂ ਸਾਡੇ ਕੋਲ ਸਿੱਖ ਸਿੱਖ ਕੇ ਬਾਅਦ ਸਾਡੇ 'ਤੇ ਸਕੀਮ ਆ, ਧੀ ਨੂੰ ਲੱਕੜ ਨਹੀਂ ਪੀ ਲੈਂਦੇ ਮੈਨੂੰ ਸ਼ਰਦਾ ਹੀ ਆ, ਜੇ ਵੇਖੀਏ ਜਿਹੜਾ ਇੱਧਰ ਨੂੰ ਇਹ ਘੋਟਣਾ ਫਿਰਨਾ ਮੈਂ ਜੱਜੀ ਨੇ, ਹੜ ਤਾਂ ਸਿੱਖ ਦੇ ਬਾਅਦ ਕਹਿੰਦੇ ਲੈ ਇਹ ਤਾਂ ਦਿਖਾਵਾ ਕਰਦੇ ਆ, ਇਹ ਤਾਂ ਦਿਖਾਵਾ ਕਰਦੇ, ਤੁਸੀਂ ਕੀ ਕਰਦੇ ਜੇ, ਮੈਂ ਨਾ ਇੱਕ ਨਾ ਇੱਕ ਚੀਜ਼ ਤੁਹਾਨੂੰ ਦੱਸਦਾ, ਮੈਂ ਨਾ ਗੱਡੀ 'ਤੇ ਇੱਦਾਂ ਇੱਦਾਂ ਕਰਕੇ ਸਟੋਰੀਆਂ ਜੀ ਪਾਉਂਦਾ ਹੁੰਦਾ ਸੀ ਨਾ, ਮੈਨੂੰ ਜਿਹੜੇ ਲੋਕ ਮਾੜਾ ਬੋਲਦੇ ਹੁੰਦੇ ਨਾ ਪਤਾ ਲੱਗ ਜਾਂਦਾ ਕਿ ਆਹ ਬੰਦਾ ਇੱਦਾਂ ਬੋਲਣ ਡਿਆ, ਅੱਜ ਉਹ ਬੰਦੇ ਉਹਨਾਂ ਕੰਮਾਂ 'ਤੇ ਹੋਏ ਪਏ ਆ, ਇਹ ਸਾਰਾ ਜਿਹਾ ਅਸੀਂ ਇੰਨਾ ਮਾੜਾ ਕਰਦੇ ਅਸੀਂ ਫੁਕਰੀਆਂ ਮਾਰਦੇ, ਤੁਸੀਂ ਕਿਉਂ ਮਾਰਦੇ ਜੀ, ਹੈਂ ਸਿਆਪਾ ਤੇ ਵਿਊ ਦਾ ਵਾ ਆਪਣੀ ਵੀਡੀਓ ਨੂੰ ਵਿਊ ਜ਼ਿਆਦਾ ਆ ਜਾਂਦੇ, ਵੀਰ ਭਰਾ ਪਿਆਰ ਕਰਦੇ ਆ ਤੇ ਫਰਕ ਤਾਂ ਇੱਥੇ ਪੈਂਦਾ ਵਾ, ਗੱਲ ਪਿਆਰ ਦੀ ਮੇਰੇ ਵੀਰੋ, ਕਹਿੰਦੇ ਕੀ ਹੋਊਗਾ ਅੱਜ, ਕਹਿੰਦੇ ਰਗੜਾ ਲਾਇਆ ਜਾਊਗਾ, ਪਰ ਅੱਜ ਇੱਕ ਆਪਣੀ ਜਗ੍ਹਾ ਮਿਲ ਗਈ ਮੰਨੇ ਅੰਦਰ ਏਸੀ ਵਾਲੀ, ਉੱਥੇ ਬਹਿ ਕੇ ਤੂੰ ਤੇ ਬਾਬਾ ਬੜੀ ਲੋਕੇਸ਼ਨ ਹੈ, ਮੋਟਰਸਾਈਕਲ ਚੱਕਾ ਲਿਆ ਕੱਲ੍ਹ ਜਿੰਮ ਦੇ ਬਾਹਰੋਂ, ਚਲੋ ਬਹੁਤ ਚੱਲੀਏ ਯਾਰ, ਇੱਦਾਂ ਆਪਾਂ ਗੱਲਾਂ ਮੁੱਕਣੀ ਨਹੀਂ, ਚੱਲ ਵੇ ਭਾਈ ਨਾਲ ਕਹਿੰਦੇ ਵੀਡੀਓ ਕੱਢੀ ਜਾਊਗੀ ਬੁਲਟ 'ਤੇ,
ਨਾਲੇ ਜਿਮ ਲਾਵਾਂਗੇ ਮੁੰਡੇ ਨਾਲੇ ਖਾਣ ਪੀਣ ਦਾ ਸਮਾਨ ਲੈ ਜਾਵਾਂਗੇ ਚੱਲ ਵੇ ਉਹ ਬਾਬਾ ਨਾ ਨਾ ਹਸੇ ਦਾ ਮਰਾਸਾ ਪਾਉਂਦਾ ਤਾਈ ਇਹ ਕੰਮ ਨਹੀਂ ਕਰਨਾ ਲੰਮੇ ਅੱਗੇ ਨਾ ਲੱਗਦਾ ਪੁੱਠੇ ਕੰਮ ਕਰਦੇ ਆ ਆਹੋ ਤੇ ਪੁੱਠੇ ਕੰਮ ਬਾਬੇ ਨਹੀਂ ਪਹਿਲਾਂ ਕਰਦੇ ਸਾਡੇ ਤੇ ਜਾਦੇ ਮੈਨੂੰ ਕੋਈ ਪੈਸਾ ਦੇਣਾ ਪੀਤਾ ਨਹੀਂ ਜਾਣਾ ਤੇ ਪਾਦੇ ਵਿੱਚ ਪਾਦੇ ਮੈਂ ਵੀ ਕਹਿੰਦੇ ਜਿਮ ਜਾਣ ਤੋਂ ਪਹਿਲਾਂ ਮੁੰਡੇ ਪੇਟ ਪੂਜਾ ਕਰਨਗੇ ਭੁੱਖ ਲੱਗੀ ਕੁੜੀ ਹੈ ਵੀ ਜਿਆਦੀ मैं फिर तीन कुलचे खान भजना मैं दर्शन किले लो लागे रेड़ी इतनी कोई ना कोई होनी है वे लो फिर हामी भरती बंद मतलब भुख लगी भी मित्रा वर्कआउट अपना हो गया जो ओके वर्कआउट है जगह चेस्ट का तो नाल है शोल्डर का तो बाबे की कृपा हो गया ओके जाके डाइट वेट खाई उदा मैं पहले गरली इतने बुलाया मैं शहर जाना बुलेट के व्हील लैके उन्हें यार अं ना अपने बुलेट का व्हील ना एक टुटा थोड़ा जहा वो मतलब कि रिस्की जहा काम है चलाई तो अं जान डे वो लैके आना अं तो फिलहाल घर जाने पहला रगड़ा लाने फिर शामन जो टाइम लगेगा फिर बुलेट भी ले आवेंगे नाले गरली टाइम लग जाना चल आज फिर मैं तेरे चलद करते जे भरा मैं कहते हैं है ना जे भरा मैं फॉलो करते मेरा भरा जिम तो गुरद्वारा साहब जरूर जाना ठीक है जे मेरे भरा जो तुम मेरी गल मानते जे इन्ना जरूर करना होगी जो जिम आ जो आप वर्कआउट करना सिर्फ अपने लिए करना ये किसी लिए थोड़ी करना अपना जे सेहत चंगी होगी कपड़ा लीड़ा पाया फगूगा जान मेरी ये है ना ये तुम अपने लिए करना वा गुरद्वारा साहब जाना तो क्योंकि गुरु महाराज ने अपन भेजा वा तो उन्हों का शुक्रिया करके आना वा ठीक है जान मेरी ये मैं तो रोज़ ताइए जाना वा कि जे तुम मैं वेंदे जे मैं खुद जाना फिर तुम जाओगे जे मैं आप ना जाता वा मैं तुम कही जावा काम करो तुम कहना पहला आप तो कर ला तो ढा भरा पहला आप करता फिर तुम दसदा तो जान मेरी आज फिर चले घर लाइए फिर रगड़ा है भाई सगरा भी सगरा रित कृष्ण आए गुठे रित कृष्ण आए बला बला चल वे भाई चलिए घर को हमारा बुलट हमारी वेट कर रहा है मेरा यार एक मैंने मिलना आया अपना भरा वा हरिंदर खवासपुर तो मैंने फोन किया मैं डार्लिंग मैं जिम चाहिए चल आ जा जिन्हें आया फिर तो जिम के बाहर आके गड्डी गुड्डी देख कहना गड्डी नहीं हैगी चल फिर भी जिम चंद्र आ गया यार होनी अंदर चला तो मैंने कहना गड्डी कितने मैं गड्डी नहीं यार होनी बुलट तो स्पलेंडर ये तो ही आँगे अच्छक है स्वाद बड़ा अच्छ अं ना जनियाले बुलट से घूमे यूज जस पीता उ पूरा सारा बाजार आप फिर क्यों यार दे गड़ी ठा गड़ी चलिए बही घर को आप रगड़ा लाइए अमृतसर का काम बाहर कर लेंगे है ना तुम लेने समान अंकल को चल वे भाई पर मैं जमा शरीफ नहीं हूं मैं ना वीर तो आया मैं मुछा इन्हें मेरे तो बड़े रखिया गुरु जी कद <क्या ने>? अपने राजदीप को नहीं आया जी रगड़ा चलूगा रगड़ा वीर जी अज तो आप ला कर गलीन पा एसी तो अगे नहीं काम कर बुआ मारता जाए मैं भी अज तो बाद रगड़ा लाना ना बिलकुल सादा सिर्फ चार पत्ते पुने है रोटी खा लिए पहले मन भा है जी भा रोटी खाइए फिर अपने दवाली बड़ा होता है दूजे के निके दे निका जहा बड़ा पैंदा कुत्तियां नूं ओह गोली वांगू जांदा बाद च पहुंच पेड़ा खा के निकू जहा बड़ा तेज ही हां तू ओनू दिसया नहीं गा हां ते ओ मन्नन ने बारी खोली ते छां मार के ते बारी के ते सीट ते बह गया बैठा रोटी खान डे मेरे लागे बह के कुर्सी मजे ना बह जाना इना इना समझदार मना हिलना नहीं
ਬੈਠਾ ਰਹਿਣਾ ਫਿਰ ਜਿੱਦਾਂ ਮੈਂ ਰੋਟੀ ਖਾਣ ਡਿਆ ਤੇ ਇਹਨੇ ਆਪਣਾ ਨਾ ਪਨੀਰ ਖਾਂਦਾ ਨਾ ਰੋਟੀ ਖਾਂਦਾ ਖਾਣਾ ਚਿਕਨ ਹੀ ਆ ਇਹਦੇ ਵਾਸਤੇ ਵੱਖਰਾ ਚਿਕਨ ਨਾਲ ਕਰਵਾਉਣਾ ਪੈਂਦਾ ਥੋੜ੍ਹਾ ਜਿਹਾ ਪੀਸ ਇੱਕ ਦੋ ਲੈ ਕੇ ਨਾ ਉਹਨਾਂ ਕੋਲ ਉਹਨੂੰ ਫਿਰ ਪਾਣੀ 'ਚ ਧੋ ਧੋ ਕੇ ਅਤੇ ਨਾਲ ਉਹਨੂੰ ਨੈਪਕਿਨ ਰੱਖ ਕੇ ਨਾ ਪੱਟ 'ਤੇ ਫਿਰ ਖਵਾਉਣਾ ਪੈਂਦਾ ਮਤਲਬ ਕਿ ਗੱਲ ਕੁੱਤੇ ਨਾਲ ਸਾਫ਼ ਹੈ ਹੀ ਨਹੀਂ ਇਹਦਾ ਹੁਣ ਵੀ ਤੇਰੇ ਸਾਹਮਣੇ ਨਾਲ 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 ਹੁਣ ਅੰਦਰ ਤਾੜਤਾ ਨਾ ਆਹ ਵੇਖੀ ਹੁਣ ਕੀ ਬਣਦਾ ਮੈਂ ਮਾੜਾ ਜਿਹਾ ਭਰਾ ਹੋ ਗਿਆ ਨਾ ਉਹ ਥੱਲੇ ਉੱਤਰ ਆਇਆ ਕੋਕੋ ਵੇਲਾ ਫਿਰ ਪੁੱਤ ਹੈ ਦੱਸਦਾ ਨਹੀਂ ਪੈਂਥਰ ਤੂੰ ਕਾਬੂ ਆ ਜਾਣਾ ਤੈਨੂੰ ਪੈਂਥਰ ਨੇ ਡਾਉਣਾ ਬੜਾ ਹੀ ਆਹ ਵੇ ਉਹ ਲੁਕ ਜਾਂਦਾ ਪੈਂਥਰ ਉੱਥੇ ਵੜਿਆ ਨਹੀਂ ਜਾਂਦਾ ਤਾਂ ਕਰਕੇ ਥੱਲੇ ਉੱਤਰ ਆਇਆ ਮੈਂ ਮੰਜੇ ਚੜਾਇਆ ਸੀ ਥੱਲੇ ਉੱਤਰ ਆਇਆ ਨਹੀਂ ਲੁਕ ਜਾਂਦਾ ਪਰਲੇ ਪਾਸੇ ਨਾ ਉਹਦਾ ਦੂਜੇ ਆਪਣੇ ਕੀ ਨੂੰ ਆਉਂਦੇ ਆ ਨਹੀਂ ਮੰਮੀ ਮੈਂ ਚੱਲਿਆ ਚੰਡੀਗੜ੍ਹ ਮੈਂ ਆ ਜਾਊਂ ਪਰਸੋਂ ਇੱਕ ਦੋ ਕੰਮ ਕਰਕੇ ਆਉਣਾ ਚੰਡੀਗੜ੍ਹ ਚੱਲਿਆ ਮੈਂ ਹੈ ਥੋੜ੍ਹੇ ਬਹੁਤੇ ਕਿੰਨੇ ਚਾਹੀਦੇ ਇਹਨੂੰ ਦੇਣੇ ਪੰਮੀ ਨੂੰ ਦੇਣੇ ਪੰਮੀ ਦੇ ਕਾਹਦੇ ਰਹਿੰਦੇ ਅੱਛਾ ਪੰਮੀ ਆਪਣੀ ਕੰਮ ਵਾਲੀ ਦੇ ਠੀਕ ਠੀਕ ਦੇ ਜਾਂਦਾ ਮੈਂ ਕੋਈ ਨਹੀਂ ਉਹ ਕੁੱਤਾ ਖੋਲਾਂ ਤੂੰ ਜਾ ਮਾਮਾ ਤੈਨੂੰ ਤੇ ਲੈ ਵੀ ਮੇਰੇ ਤਰ੍ਹਾਂ ਕੰਮ ਹਨੇਰੇ ਹਨੇਰੀ ਹੋਇਆ ਪਿਆ ਜੀ ਉਹ ਤੇਰੀ ਭੈਣ ਲੱਤਾਂ ਵੱਜੀ ਨਾ ਜਾ ਚੱਲ ਆ ਅਰੇ ਆ ਮੈਂ ਨਾ ਮਿਸਤਰੀਆਂ ਨੂੰ ਕੰਮ ਕਹਿ ਗਿਆ ਸੀ ਜ਼ਰੂਰੀ ਕਰਨਾ ਅਤੇ ਅੱਜ ਨਾ ਅਸਲ ਦੇ ਵਿੱਚ ਮਿੱਤਰੋ ਜਦੋਂ ਅਸੀਂ ਜਿੰਮ ਤੋਂ ਆਏ ਨਾ ਜਿੰਮ ਤੋਂ ਆ ਕੇ ਬਾਅਦ 'ਚੋਂ ਮੈਂ ਵਲੋਗ ਬਣਾਇਆ ਥਾਂ ਡੇਪੀ ਬੁੱਧ ਪੌੜੀਆਂ ਤੋਂ ਥਾਂ ਨਾ ਡੇਪੀ ਜਿੰਮ ਤੋਂ ਆ ਕੇ ਕੀ ਹੋਇਆ ਕਿ ਮੈਂ ਜਾਣਾ ਚੰਡੀਗੜ੍ਹ ਅਤੇ ਮੈਨੂੰ ਇਹ ਸੀ ਕਿ ਚੰਡੀਗੜ੍ਹ ਮੈਂ ਦੋ ਦਿਨ ਲੱਗਣੇ ਆ ਘਰ ਦੇ ਜਿੰਨੇ ਵੀ ਕੰਮ ਹੈ ਨਾ ਨਿੱਕੇ ਤੋਂ ਨਿੱਕੇ ਵੱਡੇ ਤੋਂ ਵੱਡੇ ਸਾਰੇ ਕੰਮ ਮੈਂ ਅੱਜ ਨਿਬੇੜੇ ਆ ਪੰਜ ਸੱਤ ਘੰਟਿਆਂ ਦੇ ਵਿੱਚ ਲੈ ਵੀ ਆਹ ਕੰਮ ਮਿਸਤਰੀ ਨੂੰ ਕਹਿ ਗਿਆ ਸੀ ਇਹ ਉਹਨੇ ਕਰਤਾ ਅਤੇ ਪੱਥਰ ਲੱਗਣਾ ਇਹ ਨਾ ਥੋੜ੍ਹੀ ਜਿਹੀ ਜਿੱਦਾਂ ਕਈ ਆਪਾਂ ਅੰਦਰਲਾ ਬਾਹਰਲਾ ਸਿਸਟਮ ਆਪਾਂ ਸੇਮ ਕਰ ਦਿੰਦੇ ਨਾ ਅੰਦਰਲੇ ਬਾਹਰਲੇ 'ਚ ਫਰਕ ਰੱਖਣਾ ਮੈਂ ਥੋੜ੍ਹਾ ਜਿਹੀ ਚੀਜ਼ ਕਰਵਾਈ ਆ ਉਹਦਾ ਕਾਰਨ ਕੀ ਆ ਕਿ ਪਾਣੀ ਕੱਲ੍ਹ ਨੂੰ ਆ ਜਾਏ ਜਿੱਦਾਂ ਮੀਂਹ ਦਾ ਯੋਗ ਅੰਦਰ ਨਾਲ ਵੈਸੇ ਆਪਾਂ ਪੈਪ ਪੈਣੇ ਆ ਵੈਸੇ ਪਰ ਥੋੜ੍ਹਾ ਜਿਹਾ ਫਰਕ ਮੈਨੂੰ ਇਹ ਕਰਵਾਉਣਾ ਸੀ ਮੈਂ ਇਹ ਚੀਜ਼ ਹੋ ਗਈ ਇੱਕ ਮੈਂ ਪਰਲੇ ਪਾਸੇ ਕਿਹਾ ਸੀ ਮਿਸਤਰੀਆਂ ਨੂੰ ਕੰਮ ਤਾਂ ਮਿਸਤਰੀ ਕਰ ਗਏ ਹੋਵੇ ਇੱਧਰ ਵੀ ਕਿਹਾ ਸੀ ਇੱਧਰ ਵੀ ਕਰਤਾ ਹੈ ਤਾਂ ਮੈਂ ਨਾ ਫਿਰ ਘਰ ਦੇ ਸਾਰੇ ਕੰਮ ਅੱਜ ਕਿ ਦੋ ਦਿਨ ਮੈਨੂੰ ਪਿੱਛੋਂ ਫੋਨ ਨਾ ਆਵੇ ਕਿ ਆਹ ਕੰਮ ਕਰਨ ਵਾਲਾ ਆਹ ਕੰਮ ਕਰਨ ਵਾਲਾ ਆਹ ਚੀਜ਼ ਲਿਆਉਣ ਵਾਲੀ ਉਹ ਲਿਆਉਣ ਵਾਲਾ ਹੈ ਨਾ ਉਹ ਮੈਂ ਕੰਮ ਅੱਜ ਕਰ ਦਿੱਤੇ ਫਿਰ ਉਸ ਚੱਕਰ ਦੇ ਵਿੱਚ ਵਲੋਗ ਬਣਾਇਆ ਹੀ ਨਹੀਂ ਸਮਝ ਲਓ ਕਿ ਫੋਨ ਸਾਈਡ 'ਤੇ ਰੱਖਤੇ ਆਹ ਚੱਕਰ ਪਿਆ ਇੱਧਰ ਵੀ ਕਰਾਤਾ ਆਪਾਂ ਉੱਕੇ ਰਗੋੜ ਕੰਮ ਇਹ ਜਦੋਂ ਪੱਥਰ ਪੁੱਥਰ ਲੱਗੂ ਜਿੱਦਾਂ ਡੇਢ ਫੁੱਟ ਚੁਕਾਇਆ ਪੱਥਰ ਲਾ ਕੇ ਇੱਥੋਂ ਤੱਕ ਆ ਜਾਣਾ ਕੰਮ ਹੈ ਨਾ ਜਿੰਨਾ ਵੀ ਉਹ ਚਟਾ ਦਾਂਗੇ ਬਾਕੀ ਥੋੜ੍ਹੀ ਜਿਹੀ ਬੰਦੀ ਦਿਖਾਵਾਂਗੇ ਇੰਨੀ ਕੁ ਜ਼ਿਆਦਾ ਨਹੀਂ ਜਿਹੜਾ ਉੱਥੋਂ ਦੀ ਕ੍ਰੋਸ ਬੰਦਾ ਕਰ ਜਾਏਗਾ ਜਿੱਦਾਂ ਆਪਣੇ ਪੁਰਾਣੇ ਘਰ 'ਚ ਸੀ ਨਾ ਜਿੱਦਾਂ ਆਪਾਂ ਪਹਿਲਾਂ ਘਰ ਉਹਦੇ ਵਿੱਚ ਵੀ ਥੋੜ੍ਹੀ ਜਿਹੀ ਇੱਦਾਂ ਫਰਸ਼ ਦੇ ਅੰਦਰਲੀ ਬਾਹਰਲੀ ਦੇ ਵਿੱਚ ਥੋੜ੍ਹੀ ਅੱਟ ਹੁੰਦੀ ਉਹ ਅਟਕ ਰਖਵਾਉਣੀ ਸਾਰੇ ਦੇ ਵਿੱਚ ਇੱਧਰੋਂ ਚੰਡੀਗੜ੍ਹ ਜਾਵਾਂਗੇ ਮੈਂ ਅਤੇ ਮੰਨਾ ਅਤੇ ਜਾਣ ਤੋਂ ਪਹਿਲਾਂ ਮੰਨੇ ਨੂੰ ਤਾਂ ਮੈਂ ਘਰ ਤਿਆਰ ਹੋਣ ਘੱਲਿਆ ਮੈਂ ਕਿਹਾ ਜਦੋਂ ਤਿਆਰ ਹੋ ਗਏ ਹਾਂ ਅਤੇ ਬਾਕੀ ਤੁਰਦੇ ਹਾਂ ਰੋਟੀ ਪਾਣੀ ਛੱਕ ਕੇ ਸਿੱਧਾ ਜਾ ਵੱਜਾਂਗੇ ਬਾਕੀ ਇਹਨਾਂ ਨੂੰ ਵੀ ਚਲ ਗਿਆ ਚੰਡੀਗੜ੍ਹ ਜੱਗੇ ਨਹੀਂ ਉੱਥੇ ਅਤੇ ਨਿਸ਼ਾਨ ਨਾਲ ਫੋਨ 'ਤੇ ਗੱਲ ਹੋਈ ਸੀ ਉਹ ਵੀ ਕਹਿੰਦਾ ਆ ਜਾਓ ਜੇ ਆ ਕੇ ਲਾਵਾਂਗੇ ਇੱਥੇ ਰੌਣਕਾਂ ਘੜੀ ਹੈ ਨਾ ਅਤੇ ਜਾਣ ਤੋਂ ਪਹਿਲਾਂ ਆਪਦਾ ਮੈਂ ਸ਼ਾਮੀ ਬਸ ਇੱਕ ਕੰਮ ਮੇਰਾ ਰਹਿ ਗਿਆ ਕਿ ਗੱਡੀ ਧੋਣ ਵਾਲੀ ਰਹਿ ਗਈ ਇਹ ਧੋਤੀ ਨਹੀਂ ਗਈ ਤਾਰਾਂ ਵਾਲਾ ਵੀ ਸਮਾਨ ਤੁਹਾਨੂੰ ਚਾਬੀ ਉਹ ਕਮਰੇ ਦੀ ਫੜਾ ਲੈਣੀ ਨਾ ਮੈਂ ਤਾਰਾਂ ਵਾਲੀ ਦੀ ਉਹ ਕਮਰੇ ਦੀ ਚਾਬੀ ਤੁਹਾਨੂੰ ਫੜਾ ਦੂੰਗਾ ਨਾ ਚਾਬੀ ਉਹ ਕਿ ਤਾਰਾਂ ਦਾ ਸਮਾਨ ਮੈਂ ਪੈਂਥਰ ਨਹੀਂ ਨਹੀਂ ਵਾੜ ਕੇ ਜਾਊਂਗਾ ਬਾਕੀ ਇਹ ਆ ਕਿ ਮੰਨਾ ਆਉਂਦਾ ਵਾ ਕੀ ਇੱਥੇ ਕਮਰੇ 'ਚ ਬਾਜੂ ਤੁਹਾਨੂੰ ਕੱਢਣਾ ਔਖਾ ਹੋਣਾ ਫਿਰ ਬਾਜੂ ਤੁਸੀਂ ਵੇਖ ਲਓ ਜੇ ਸਾਫ ਮਾੜਾ ਮੋਟਾ ਮੈਂ ਗੋਰੀ ਨੂੰ ਘੱਲਦਿਆ ਕਰੂੰ ਜੱਜੀ ਨੂੰ ਘੱਲਦਿਆ ਕਰੂੰਗਾ ਉਹ ਦੋਵੇਂ ਇੱਥੇ ਹੀ ਆ ਕੁੱਤੇ ਨੂੰ ਰੋਟੀ ਰੈਡੀ ਪਾਇਆ ਕਰਨਗੇ ਆਪੇ ਆ ਗਏ ਉਹ ਤੁਸੀਂ ਬਸ ਪਾ ਪੈਂਥਰ ਨੂੰ ਦੋ ਤਿੰਨ ਟਾਈਮ ਆ ਗਏ ਕੋਈ ਨਹੀਂ ਫਿਰ ਮੈਂ ਤੇਰੇ ਕਮਰੇ 'ਚ ਵਾੜ ਲਿਆ ਕਰੂੰਗਾ ਇੱਧਰ ਵੜਦਾ ਕਰੋ ਕੋਈ ਨਹੀਂ ਚਾਬੀ ਤੁਹਾਡੇ ਕੋਲ ਹੀ ਨਹੀਂ ਇੱਧਰ ਵੜਦਾ ਕਰੋ ਇੱਧਰ ਰਹਿਣ ਦੇ ਫੜਾ ਦੇ ਬਸ ਠੀਕ ਹੈ ਰਹਿਣ ਦੋ ਕੋਈ ਨਹੀਂ ਠੀਕ ਹੈ ਮਾਤਾ ਰਹਿਣ ਦੋ ਬਸ ਠੀਕ ਆ ਨਿੱਕਾ ਕੁੱਤਾ ਤਾਂ ਮੈਂ ਲੈ ਜਾਣਾ ਨਾਲ ਕੋਈ ਗੱਲ ਨਹੀਂ ਅਤੇ ਗੱਡੀ ਆਹ ਧੋਣ ਵਾਲੀ ਰਹਿ ਗਈ ਜਾਣ ਮੇਰੀ ਹੈ ਬਸ ਇਹ ਮੇਰਾ ਇੱਕ ਕੰਮ ਰਹਿ ਗਿਆ ਅਤੇ ਇਹਦੀ ਚਾਬੀ ਤਾਂ ਬਾਅਦ ਲੱਭ ਗਈ ਇਹ ਬਸ ਹੁਣ ਅੰਦਰ ਕਰਨੀ ਪੈਣੀ ਧੋਣ ਤੋਂ ਬਿਨਾਂ ਹੀ ਆ ਕੇ ਇਹਨੂੰ ਧੋ ਧਾ ਕੇ ਓਕੇ ਰਿਪੋਰਟ ਕਰਾਂਗੇ ਅਤੇ ਬੁਲਟ ਅਸੀਂ ਬਣਾ ਕੇ ਲੈ ਬੁਲਟ ਫਿਰ ਨਹੀਂ ਸਲਾ ਸਟਾਰਟ ਹੋਣ ਡਿਆ ਫਿਰ ਚੱਕਰ ਪੈ ਗਿਆ ਜਿਵੇਂ ਭਜਾਇਆ ਬੜਾ ਜਦੋਂ ਜਿਵੇਂ ਤੋਂ ਆਏ ਨਾ ਅਸੀਂ ਮਿੰਟੋ ਮਿੰਟ ਨੱਪੀ ਐਂ ਇਕੱਲੀ ਅਤੇ ਬਾਅਦ ਮੈਂ ਸਟਾਰਟ ਹੀ ਨਹੀਂ ਆਇਆ ਚੱਲ ਕੋਈ ਨਹੀਂ ਆ ਕੇ ਵੇਖਾਂਗੇ ਬਾਕੀ ਜਿਹੜੇ ਕੰਮ ਰਹਿ ਗਏ ਜਿੰਨੇ ਕੰਮ ਨਿਬੜੇ ਉਹਨੇ ਸਹੀ ਹਾਂ ਭਾਈ ਹੂੰ ਆ ਵੇਖ ਲਾ ਕਿੱਧਰ ਹਾਂ ਚੱਲ ਅੰਦਰ ਚੱਲ ਚੱਲ ਪੈ ਗਈ ਪੈਂਥਰ ਨਾਲ ਜਾਰੀ ਲੱਗਦਾ ਹੈਂ ਪੈ ਗਈ ਆ ਦੱਸਦਾ ਨਹੀਂ ਆ ਜਾ ਤੂੰ ਹੀ ਓਏ ਆ ਜਾ ਪੁੱਤ ਆ ਜਾ ਪ੍ਰਧਾਨ ਆ ਜਾ ਇਹ ਡਰਦਾ ਨਹੀਂ ਆਉਂਦਾ ਆ ਜਾ ਕੁਛ ਨਹੀਂ ਆਉਂਦਾ
ਇਹਨੂੰ ਇਹਦਾ ਮੈਂ ਥੋੜ੍ਹੀ ਜਿਹੀ ਡਾਇ ਫਿਰੀ ਇਹਨੂੰ ਖਰਾਬੀਆਂ ਕਰਦਾ ਸੀ ਇਹਦਾ ਦੰਦੀਆਂ ਵੱਢਦਾ ਸੀ ਇਹਨੂੰ ਨਿੱਕੇ ਨੂੰ ਹਾਂ ਪਰ ਨਿੱਕੇ ਦਾ ਦਿਲ ਲੱਗਦਾ ਇਹਦੇ ਮੈਂ ਚੱਲ ਆ ਜਾਓ ਫਿਰ ਚੱਲ ਚੱਲ ਖੇਡੋ 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 ਹੈਂ ਜੁੱਤੀਆਂ ਪੈ ਗਈਆਂ ਪੈਂਥਰ ਯਾਰ ਚਲ ਇੱਧਰ ਫਿਰ ਇੱਧਰ ਉੱਧਰ ਗਾੜੀ ਹੋ ਰਹਾ ਹਾਂ ਪੈਂਥਰ ਪੈਂਥਰ ਗੁੱਸੇ ਥੋੜ੍ਹਾ ਦਿਨਾਂ ਨੂੰ ਆ ਜਾਓ ਖੇਡੋ ਫਿਰ ਆ ਜਾਓ ਬਾਹਰ ਚੱਲ ਆ ਜਾਓ ਆ ਜਾਓ ਆ ਜਾਓ ਤਿੰਨੇ ਇਕੱਠੇ ਹੁਣ ਵੇਖ ਲੈ ਕਿੱਡੇ ਸੋਹਣੇ ਲੱਗਦੇ ਵੇ ਹੈਂ ਉਹ ਨਿੱਕੇ ਨੂੰ ਪੈਂਥਰ ਥੋੜਾ ਜਿਹਾ ਤੰਗ ਕਰਦਾ ਨਿੱਕੇ ਨੂੰ ਨਾ ਪੈਂਥਰ ਥੋੜਾ ਜਿਹਾ ਤੰਗ ਕਰਦਾ ਵਾ ਬਾਕੀ ਤੇ ਠੀਕ ਆ ਉਹ ਪਰ ਗਾੜੀ ਪੈ ਜਾਂਦਾ ਨਿਕਾ ਜਾ ਬੜਾ ਤੇਜ਼ ਆਵੇ ਹਾਂ ਭਾਈ ਲੈ ਲੈ ਮੈਨੂੰ ਕੱਲ੍ਹ ਇੱਕ ਵੀਰ ਦਾ ਕਮੈਂਟ ਆਇਆ ਕਹਿੰਦਾ ਤੂੰ ਜਦੋਂ ਦਾ ਨਿੱਕਾ ਕੁੱਤੇ ਲਿਆਂਦਾ ਦੋਵਾਂ ਨੂੰ ਨਾ ਭੁੱਲ ਜਾਈ ਭੁੱਲਣਾ ਕਾਹ ਤੋਂ ਜਾਣ ਮੇਰੀ ਏ ਇਹਨਾਂ ਦਾ ਪੂਰਾ ਧਿਆਨ ਰੱਖੀਦਾ ਲੈ 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 ਇੱਧਰ ਵੇ ਉੱਧਰ ਵੇ ਹੈ ਉਹ ਤੇਰਾ ਭਲਾ ਜੇ ਨਿੱਕਾ ਜਿੰਨਾ ਨਿੱਕਾ ਉਹਨਾਂ ਤਿੱਖਾ ਜੇ ਉਹ ਹੈ ਕੋਈ ਨਹੀਂ ਇੱਕ ਦਿਨ ਦੰਦੀਆਂ ਵੱਢਦੇ ਇਹਦੇ ਆਓਏ ਰੁਕੋ ਉਹ ਪੈਂਥਰ ਤੇ ਉਹ ਪੈਂਥਰ ਉਹਦੇ ਨਾਲ ਲੜਦਾ ਥੋੜ੍ਹਾ ਜਿਹਾ ਬਸ ਬੋਏ ਵੱਜੇ ਸਾਰੇ ਵੱਜੇ ਹੁਣ ਬਾਹਰ ਨਾ ਜਾਂਦਾ ਕੋਈ ਓਕੋ ਪੈਂਥਰ ਤੰਗ ਕਰਦਾ ਮੈਂ ਥੋੜ੍ਹਾ ਜਿਹਾ ਬਾਕੀ ਠੀਕ ਹੀ ਆ ਬਹੁਤ ਵਧੀਆ ਬੁੱਗੇ ਬਹੁਤ ਵਧੀਆ ਇੱਧਰ ਆ ਕਿੱਥੋਂ ਲਿਬੜ ਕੇ ਆਇਆ ਇੰਨਾ ਇੱਧਰ ਆ ਜਾ ਮੈਂ ਦੱਸਣੇ ਬੰਦੇ ਦੇ ਪੁੱਤਾਂ ਨੂੰ ਆ ਜਾ ਛੱਤਰ ਬੜਾ ਹੀ ਫਿਰਨਾ ਇੱਧਰ ਦੇਖ ਕੇ ਨਾਲ ਲਿਬੜ ਕੇ ਆਇਆ ਨਾ ਉਹ ਤਾਂ ਨਵਾ ਕੇ ਫਿਰ ਹੀ ਖੜੂੰਗਾ ਤੈਨੂੰ ਕਿੱਥੇ ਡਿਆ ਉਹਨਾਂ ਡਿਆ ਰੋਡ ਵੀਲਰ ਆ ਜਾ ਇੱਧਰ ਆ ਜਾ ਸਰਵਿਸ ਘੱਟ ਹੋਊਗੀ ਆ ਜਾ ਘੱਟ ਹਾਂ ਸਹੀ ਗੱਲ ਆ ਜੇ ਆ ਜਾਏਗਾ ਤੇ ਫਿਰ ਘੱਟ ਹੋਊਗੀ ਜੇ ਨਹੀਂ ਆਇਆ ਫਿਰ ਛੱਤਰ ਉਹ ਫਿਰਨਾ ਟੱਪ 'ਚ ਵੇਖੀ ਗੋਤੇ ਨੂੰ ਸਾਰਾ ਕਿੱਦਾਂ ਦਿੰਦਾ ਮੈਂ ਹੈ ਨਹੀਂ ਨਿਕਲਣਾ ਤੇਰੀ ਮੱਤੀ ਤੇਰੀ ਨੂੰ ਨਿਕਲਣਾ ਤੂੰ ਕਿੱਦਾਂ ਨਹੀਂ ਸਾਲਿਆ ਵੇਖ ਚੱਲ ਕਿੱਦਾਂ ਤੈਨੂੰ ਫਿਰਦੀ ਆ ਜਿਹੜੀ ਹੈ ਦੱਸਦਾ ਨਹੀਂ ਨਿਕਲੇਗਾ ਤੂੰ ਹਾਂ ਇੱਧਰ ਤੇਰੀ ਭੈਣ ਨੂੰ ਝੁਕਾਉਣੀਆਂ ਤੇ ਨਾ ਸਾਲਿਆ ਗਾਂ ਲੰਘ ਗਿਆ ਮੰਨੇ ਫੜੀ ਇੱਧਰ ਮਾੜਾ ਜਿਹਾ ਇਹਨੂੰ ਆਪਾਂ ਨੇ ਡਰ ਲੱਗ ਗਏ ਫੜਦਾ ਹਾਂ ਦੱਸ ਇੱਥੇ ਰੱਖ ਇਹਨੂੰ ਤੇਰੀ ਮੈਂ ਤੀਲੀ ਹੁਣ ਸਾਲੇ ਮੇਰਾ ਯਾਰ ਤੈਨੂੰ ਕਿਹੜਾ ਕੰਜਰਾਂ ਦਾ ਲਿਬੜ ਨੂੰ ਹੈ ਦੱਸਦੋ ਨੀ ਆਹ ਕੀ ਬਣ ਕੇ ਆ ਗਿਆ ਭੈਣ ਚੋਂ ਹੈਂ ਕੁੜੀ ਹੋ ਗਿਆ ਦੱਸਦਾ ਨੀ ਅੰਦਰ ਹੀ ਜਿਹੜਾ ਕੁੜੀ ਤਾਂ ਮਾਰਨ ਜੀ ਨਹੀਂ ਕਰਦਾ ਸਾਲੇ ਨੂੰ ਤੈਨੂੰ ਫੜ ਕੇ ਰੱਖੀ ਹੋਣ ਮਾੜਾ ਇਹਨੂੰ ਮੈਂ ਨਵਾਉਣਾ ਮੈਂ ਟੱਪ 'ਚ ਪਾਣੀ ਪਾਵਾਂ ਸੋਚਿਆ ਤਾਂ ਗੱਲ ਕੋਈ ਨਹੀਂ ਤੈਨੂੰ ਨਵਾਉਣਾ ਨਹੀਂ ਭਾਵੇਂ ਤੈਨੂੰ ਮੈਂ ਇੱਦਾਂ ਲੈ ਜਾਂਦਾ ਪਰ ਤੈਨੂੰ ਅਗਲ ਕਿੱਦਾਂ ਆਊਗੀ ਠੰਡੇ ਪਾਣੀ ਦੇ ਨਵਾਉਣਾ ਇਹਨੂੰ ਪੁੱਤ ਚਾਹੀਦਾ ਹੈਂ ਤੈਨੂੰ ਪਤਾ ਕਿੱਦਾਂ ਲੱਗੂ ਮੈਨੇ ਫੜ ਕੇ ਰੱਖੀ ਨਹੀਂ ਦੇਖੀ ਹਾਂ ਪੈਰੋਂ ਨੂੰ ਲਾਏ ਤਾਂ ਠੰਡਾ ਮਾੜਾ ਜਿਹਾ ਲਾ ਕੇ ਪਤਾ ਲੱਗਿਆ ਨਾ ਠੰਡੇ ਪਾਣੀ ਨਾਲ ਹਲੇ ਨਹਾਇਆ ਕਰਦਾ ਜਾਂਦਾ ਖੇਡਣਾ ਬਾਜ ਵਾਲੇ ਰੇਤਾ ਚ ਹੈ ਓਏ ਬੋਲਦਾ ਨੀ ਮੂੰਹ ਚ ਕਰ ਇੱਧਰ ਪਰਮਿੰਦਰ ਕੁੜੀ ਝਾਵੇ ਖੜ ਲੱਗਦੀ ਹੁਣ ਇਹਦੀ ਬਥੇਰੀ ਗਰਮੀ ਆ ਦੂਜੀ ਨੂੰ ਚੇਤੇ ਕਰ ਦੇਣਾ ਕਿ ਸਾਲਾ ਕਿੱਥੇ ਬਸਾਤਾ ਸੀ ਭੈਣ ਜਦੋਂ ਮੈਂ ਤਾਂ ਨੀ ਗੱਲ ਕਰਨਾ ਖੇਡਦਾ ਆਹ ਕਿੱਥੇ ਜਾਣਾ ਵਾ ਕਿੱਥੇ ਜਾਣਾ ਪੁੱਤ ਗੱਡੀ ਨੀ ਆ
ਸੋਣਾ ਕੂਟ ਨਹੀਂ ਗੱਲ ਖੇਡਾਂਗੇ ਰੇਤਾ ਜੀ ਇਹਦੇ ਕੰਮ ਹੀ ਸਲ ਗਏ ਸਾਰੇ ਮਜ਼ਾ ਰੇਤਾ ਨਹੀਂ ਨਿਕਲਦੀ ਵਾਲਾਂ ਨੂੰ ਕੀ ਪਤਾ ਕਿੱਥੇ ਵੜਿਆ ਵਾ ਡਰਾਇਰ ਮਾਰ ਦੇਣੀ ਮੱਠੀ ਮੱਠੀ ਨਾਲ ਨਹੀਂ ਮਾਰ ਦੇ ਝੜਨਾ ਆਪਣੀ ਝੜਨ ਝੜਦੇ ਨਾ ਮਾਸ ਬਸ ਜਾਵੇ ਨਾ ਬਸ ਭੱਜੇ ਨਾ ਹੁਣ ਇੱਥੋਂ ਭੱਜਣ ਪੈਣਾ ਹੀ ਇਹਨੇ ਕੰਮ ਹੋ ਗਿਆ ਨਾ ਹੈਗਾ ਕੀ ਤੇ ਨਿਕਲਿਆ ਕੀ ਮੈਂ ਤੇਰਾ ਇੱਧਰ ਹੈਗਾ ਕੀ ਤੇ ਨਿਕਲਿਆ ਕੀ ਹੈ ਸਮਝੀ ਨਹੀਂ ਨਹੀਂ ਮਤਲਬ ਸਮਝਦੇ ਕੀ ਤੇ ਨਿਕਲਿਆ ਕੀ ਹੈ ਓਏ ਤੇਰੇ ਨਾਲ ਦੋ ਕੰਮ ਹੋਇਆ ਹਾਂ ਸਾਲਾ ਘੂਰੀ ਜਾਂਦਾ ਵੇ ਉਧਰ ਵੇ ਉਹਨੂੰ ਘੂਰਦੇ ਕਿ ਤੇਰੇ ਕਰਕੇ ਸਾਲਿਆ ਕੰਮ ਹੋਇਆ ਸੀ ਮੇਰੇ ਨਾਲ ਹੈ ਇਹਨੂੰ ਆਪੇ ਝੜਦੇ ਆਪੇ ਝੜਦੇ ਇਹਦਾ ਨਾ ਬਸ ਉਤਰ ਜਾਣਾ ਧਿਆਨ ਨਾਲ ਆਪੇ ਝੜਦੇ ਨਾ ਭਾਈ ਜਾ ਵੇ ਬੋਲ ਗੁਰੂ ਸੱਚੀ ਬਾਹਰ ਨਿਕਲਿਆ ਨਿਕਲਿਆ ਤੂੰ ਹੈ ਓਏ ਭਾਈਆ ਮੀਟ ਨਹੀਂ ਬਣਾਇਆ ਸਹੀ ਗੱਲ ਹੈ ਸਾਲਾ ਸੱਚੀ ਪਾਈਏ ਕਿਦਾਂ ਹੀ ਹੈ ਹੈ ਮਤਾ ਹੈ ਹੈ ਨਿਕਾ ਜਾ ਮਾਣ ਹੀ ਕਿੱਥੇ ਕਿ ਬੰਨਾ ਥੱਬਾ ਜਾਉਣ ਡਿਆ ਇਹ ਨੀ ਬੰਨਾ ਥੱਬਾ ਜਾਉਣ ਡਿਆ ਆਪਣੇ ਭੰਬੀਰੀ ਬੜੀਆਂ ਖਰਾਬੀਆਂ ਕਰਦਾ ਤੂੰ ਕੰਬਣ ਨੀ ਡਿਆ ਚੰਗਾ ਭੁਲਾ ਆ ਬਸ ਪੁੱਤ ਚੰਗਾ ਆ ਗਏ ਠੀਕ ਹੈ ਚੁੱਪੇ ਨੀ ਲਿਬੜ ਜਾਣੇ ਸਾਲੇ ਪੁੱਤ ਕਹੂ ਜਵਾਬ ਦੇਣਾ ਔਖਾ ਹੋ ਜਾਂਦਾ ਰਾਜ ਕੋਈ ਨਾਕਾ ਆ ਜਾਵੇ ਹਨਾ ਤਾਂ ਕਰਕੇ ਪਲੇਟ ਲੱਗੀ ਹੋਵੇ ਅਗਲੀ ਪਲੇਟ ਬਣਾ ਕੇ ਲਵਾ ਲਾਂਗੇ ਪਿਛਲੀ ਪਲੇਟਾਂ ਖਰਾਬ ਹੋ ਗਈਆਂ ਲਾ ਤੇ ਉਦਣ ਦੇਣੀਆਂ ਸੀ ਅਸਲ ਪਲੇਟਾਂ ਨਵੀਆਂ ਬਣਵਾਉਣ ਵਾਲੀਆਂ ਬਣਵਾਵਾਂਗੇ ਘੈਂਟ ਜੀਆਂ ਪਲੇਟਾਂ ਮੈਂ ਸਰਕਾਰੀ ਪਲੇਟਾਂ ਵੀ ਅਪਲਾਈ ਕੀਤੀਆਂ ਜਦੋਂ ਉਹ ਆ ਗਈਆਂ ਫਿਰ ਉਹ ਲਾ ਲਾਂਗੇ ਚੱਲ ਵੇ ਭਾਈ ਖੁੱਲ ਜਾਣੀ ਸਭ ਖੁੱਲ ਜਾਣੀ ਇਹੋ ਜਿਹੇ ਮਜ਼ਾ ਏ ਵੀਰੇ ਪੈਸੇ ਲਾਉਣੇ ਕਾ ਲੈ ਵੀ ਮੁਲਾਜ਼ਮਾਂ ਦਾ ਡੰਡਾ ਵਿੱਚ ਪਿਆ ਜੀ ਚੱਲ ਮੰਨੇ ਆ ਡੱਬਾ ਖਾਲੀ ਭਰਿਆ ਆਪਣਾ ਅਗਲਾ ਬਾਰ ਫਿਰ ਕੱਢਵਾ ਨਹੀਂ ਕਰਦੇ ਉਹ ਕਿੱਥੇ ਤੁਸੀਂ ਆਪਣੀ ਡਬਲ ਟੇਪ ਹੈ ਕੱਢਣੀ ਪੈਣੀ ਹੈ ਚੱਲਣਾ ਛੱਡ ਕੇ ਨਾ ਨਾ ਸੈਟਿੰਗ ਹੀ ਵੇਖਾਂ ਮੈਂ ਸਾਨੂੰ ਨਾ ਪੇਪਰ ਉਹਨਾਂ ਨੇ ਕੱਢਤਾ ਪੀ ਪੀ ਐਸ ਵਾਲਾ ਥੱਲੇ ਦੇਖੇ ਨਾ ਜਿਹੜਾ ਉਸ ਨਾਲ ਲਾਉਣੀ ਪੈਣੀ ਪਲੇਟ ਗੱਡੀ ਪਲੇਟ ਹੈਗੀ ਤੁਸੀਂ ਗਾਡਲੀ ਹੈਗੀ ਨਹੀਂ ਪਲੇਟ ਹੈਗੀ ਉੱਦਾਂ ਪਰ ਉਹਨਾਂ ਨੇ ਲਾਈ ਵਾਲੀ ਗੱਡੀ ਰੱਖੀ ਨਹੀਂ ਵਿੱਚ ਆਹ ਦਿਨ ਰੱਖਤੀ ਖਰਾਬ ਹੋਈਆਂ ਕਿ ਨਵੀਆਂ ਲਵਾ ਲਿਓ ਮੈਂ ਵੀ ਪਤਰਾ ਫਿਲਹਾਲ ਆਪਾਂ ਕੰਮ ਚਲਾਊ ਕੰਮ ਕਰ ਲਿਆ ਚੰਡੀਗੜ੍ਹ ਜਾਣਾ ਉੱਥੋਂ ਲਵਾ ਲਾਂਗੇ ਨਹੀਂ ਤਾਂ ਫਿਰ ਪਿੰਡ ਵਾਪਸ ਆ ਕੇ ਲਵਾਵਾਂਗੇ ਇਹ ਕਿ ਬਸ ਪਲੇਟ ਲੱਗੀ ਹੋਣੀ ਚਾਹੀਦੀ ਗੱਡੀ ਦੇ ਯਾਰ ਹੈ ਥੋੜ੍ਹੀਆਂ ਵੱਡੀਆਂ ਬਣਾਵਾਂਗੇ ਪਲੇਟਾਂ ਸਰਕਾਰੀ ਪਲੇਟ ਥੋੜ੍ਹੀਆਂ ਵੈਸੇ ਵੱਡੀਆਂ ਹੋਣੀਆਂ ਆਹ ਵੀ ਪਲੇਟ ਥੋੜ੍ਹੀ ਜਿਹੀ ਵੱਡੀ ਬਣਾਵਾਂਗੇ ਥੋੜ੍ਹੀ ਚੌੜੀ ਨਾ ਜਿੱਦਾਂ ਇੱਕ ਉਂਗਲ ਚੌੜੀ ਥੋੜ੍ਹੀ ਦੋ ਉਂਗਲਾਂ ਲੰਮੀ ਪਲੇਟ ਚੱਲ ਭਾਈ ਚੱਲ ਹੈ ਨਹੀਂ ਸਰਕਾਰੀ ਪਲੇਟ ਬੜੀ ਸੋਹਣੀ ਲੱਗਦੀ ਹੈ ਲਵਾਈ ਉਹਨੇ ਪੱਟੀ ਲਾ ਕੇ ਨਿਸ਼ਾਨੇ ਲਵਾਈਆਂ ਫੋਰਚੂਨਰ ਬੜੀ ਸੋਹਣੀ ਲੱਗਦੀ ਆ ਸਮਾਨ ਰੱਖੀਏ ਨਿਕਲ ਗਿਆ ਆਪਾਂ ਚੱਲ ਵੇ ਭਾਈ ਚੱਲੀਏ ਫਿਰ ਥਾਰ ਨੂੰ ਕਰ ਦਈਏ ਅੰਦਰ ਤਾਂ ਡਰਾਈਵਰ 5-10 ਮਿੰਟ ਕਰੀਏ ਸਟਾਰਟ ਅਤੇ ਬੈਗ ਬੁਗ ਰੱਖੀਏ ਵਿੱਚ ਅਤੇ ਫਿਰ ਨਿਕਲਦੇ ਲੋਏ ਲੋਏ ਚੱਲਦੇ ਹਾਂ ਕਿਉਂ ਭਾਈ ਚੱਲ ਵੀ ਰਾਣੀਏ ਤੈਨੂੰ ਸੈਰ ਕਰਾ ਕੇ ਲਿਆਵਾਂ ਚੰਡੀਗੜ੍ਹ ਦੀ ਇੱਕ ਕੰਮ ਇਹਦਾ ਮੈਂ ਚੰਡੀਗੜ੍ਹੋਂ ਕਰਾਉਣਾ ਮੈਂ ਕੀ ਸੋਚੀ ਸੀ ਉਹ ਉੱਥੋਂ ਕਰਾਉਣਾ ਮੈਂ ਕੰਮ ਇੱਕ ਉਹ ਇੱਥੇ ਚੱਲ ਬਈ ਟੱਕ ਟੱਕ ਹੋਣ ਡਿਆ ਵੀ ਪਿੱਛੇ ਡਿੱਗੀ ਜੇ ਆਵਾਜ਼ ਨਹੀਂ ਸਾਡੇ ਕੋਲ ਯਾਰ ਇਹ ਪਤਾ ਨਹੀਂ ਕਾਹਦੀ ਮੰਨੇ ਉਹਨੂੰ ਉੱਤੇ ਸੀਟ 'ਤੇ ਪਾ ਦੇ ਇਹਨੂੰ ਚੱਲ ਵੀ ਰਾਣੀਏ ਅਤੇ ਇਹਨੂੰ ਵੀ ਅੰਦਰ ਕਰਾਂ ਬੜੇ ਦਿਨਾਂ ਦੀ ਵਿਚਾਰੀ ਬਾਹਰ ਲੱਗੀ ਚੱਲ ਆ ਜਾ ਮੱਖਣੀਏ ਇਹ ਮੱਖਣੀਏ ਚੱਲ ਮੈਨੂੰ ਲੱਗਾ ਬੈਟਰੀ ਕਰ ਗਈ ਹੈਗੀ ਡਾਊਨ ਹੈ ਕਾਲਾ ਕਰ ਗਈ ਹੈਗੀ ਪਰ ਨਹੀਂ ਉਹ ਫਿਰ ਬੋਰੇ ਕੰਮ ਚੰਗਾ ਭਾਈ ਮਿਲਦੇ ਹੈ ਔਰ ਚਲਦੇ ਹੈ ਚੰਡੀਗੜ੍ਹ ਕੋ ਬਾਏ ਬਾਏ ਹੋਮ ਆ ਗਿਆ ਭਾਈ ਮੈਂ 2 ਦਿਨ 'ਚ
ਚੱਲ ਮਨੇ ਉਹ ਗੇਟ ਮਾਰਦੀ ਗੱਡੀ ਕੱਢ ਲਈ ਬਾਹਰ ਇੱਕ। ਚੱਲ ਵੇ ਭਾਈ ਨਿਕਲ ਪਏ ਯਾਰ ਪਿੰਡ ਪੱਖ ਹੋ ਗਏ ਤੂੰ ਸਿੱਧਾ ਗੱਡੀ ਦੀਆਂ ਬ੍ਰੇਕਾਂ ਵੱਜਣਗੀਆਂ ਪੈਟਰੋਲ ਪੰਪ ਤੇ ਜਾਏ ਕਿਉਂਕਿ ਮੇਰੇ ਤੇਲ ਘੱਟ ਹੈ ਤੇਲ ਪਵਾਇਆ ਜਾਊਗਾ ਤੇਲ ਪਵਾ ਕੇ ਫਿਰ ਖਿੱਚੀ ਜਾਊਗੀ ਕਿਹਨੂੰ ਗੱਲਾਂ ਕਰਾਈਆਂ ਜਾਣਗੀਆਂ ਕਰੇ ਸੌ ਮੇਰਾ ਵੀਰ ਐਡੇ ਕੀ ਕਹਾਂ ਮੈਂ ਮੰਨੇ ਐ ਉਹੀ ਲੋਕਾਂ ਨੂੰ ਡਰਾਉਣ ਨੂੰ ਪੱਖੋਂ ਕੀ ਬਦਨਾਮ ਹੁੰਦਾ ਇਸੇ ਚੱਕਰ ਦੇ ਜਾਏ ਚਲੋ ਕੀ ਕਹਿ ਸਕਦੇ ਭਾਈ ਚੱਲ ਵੇ ਭਾਈ ਚੱਲੀਏ ਤੇਲ ਪਵਾ ਲਿਆ ਯਾਰ ਉਹਨਾਂ ਨੇ ਤੇਲ ਤੇ ਕੁਛ ਨੀ ਪੈਂਦਾ ਮੰਨੇ ਅੱਜ ਕੱਲ੍ਹ ਤੇਲ ਤੇ ਮੈਂ ਕਹਿੰਦਾ ਹੱਥੇ ਲਓ ਮੈਨੂੰ ਹੈ ਭਾਈ ਚੱਲ ਕੋਈ ਨੀ 150 ਕਿੱਲ ਲਿਆ ਵੀ ਮਿੱਤਰਾਂ ਹੁਣ ਹੀ ਯਾਰ ਨੀ ਸਾਹ ਲੈਣਗੇ ਸਿੱਧਾ ਜਾ ਕੇ ਚੰਡੀਗੜ੍ਹ ਚੱਲ ਵੀ ਚਲਵਾ ਖਿੱਚਦੇ ਚੰਡੀਗੜ੍ਹ ਨੂੰ ਖਿੱਚਦੇ ਵੀ ਕਹੋ ਬਹਿ ਜੇ ਬਹਿ ਜਾ ਭਰਾਵਾ ਬੜਾ ਸਫ਼ਰ ਆਪਣਾ ਲੰਮਾ ਹੀ ਤੇ ਐਵੇਂ ਲੱਤਾਂ ਦਿਖਾ ਕੇ ਪਿਆ ਜੀ ਲੈ 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 ਫਿਰ ਚੜ ਗਏ ਮੁੰਡੇ ਕਰ ਗਏ ਐਂਟਰ ਮੋਹਾਲੀ ਦੇ ਵਿੱਚ ਪੂਰੇ ਮਤਲਬ 2 ਘੰਟੇ ਗੱਡੀ ਲਾਈ ਹੈ ਜੇ ਆਪਾਂ ਪੂਰੇ 10 ਵਜੇ ਤੁਰੇ ਸੀ ਅਤੇ ਮੈਂ 10 ਵਜੇ ਤੋਂ ਘਰੋਂ ਨਿਕਲਿਆ ਅਤੇ ਮੈਨੂੰ ਜੱਗੇ ਦਾ ਫੋਨ ਆਇਆ ਵੀ ਜੱਗਾ ਵੀ ਆਲਰੇਡੀ ਮੋਹਾਲੀ ਹੈਗਾ ਆ ਜੱਗੇ ਹੋਣੀ ਪਾਰਟੀ 'ਤੇ ਗਿਆ ਨਿਨੂੰ ਵੀ ਮੋਹਾਲੀ ਹੈ ਅਤੇ ਨਿਨੂੰ ਵੀ ਪਾਰਟੀ ਗਿਆ ਤੁਹਾਨੂੰ ਸਵੇਰੇ ਮਿਲਾਂਗੇ ਅਤੇ ਬਾਕੀ ਯਾਰ ਹੋਣੀ ਫਿਲਹਾਲ ਪੂਰੇ 2 ਘੰਟੇ ਮੈਂ ਨਾ ਵੱਡੇ ਵੀਲ ਪਾ ਕੇ ਗੱਡੀ ਗੋਲੀ ਨੂੰ ਆਈ ਹੈ ਨਿਸ਼ਾਨ ਕੋ ਗਾਣੇ ਦੀ ਬੋਡਿੰਗ ਚੇਂਜ ਕਰਾਉਣੀ ਪੈਣੀ ਇਹਨੇ ਗਾਣਾ ਕੱਢਿਆ ਨਾ ਪਤਾ ਨਹੀਂ ਕੱਢਿਆ ਕੱਢਣਾ ਅਜੇ ਉਹ ਮਤਲਬ ਕਿ ਰੀਲ ਪਾਈ ਸੀ ਉਹਨੇ ਕਿ ਪਿੰਡੋਂ 3 ਘੰਟਿਆਂ ਚੰਡੀਗੜ੍ਹ ਨਹੀਂ ਪਹਿਣਾ ਨਿਸ਼ਾਨ ਪਿੰਡੋਂ ਉਹ 2 ਘੰਟਿਆਂ ਚੰਡੀਗੜ੍ਹ ਦੀ ਇਹ ਕਰਦੇ ਤੂੰ ਕਿਆ ਬਾਤ ਹੈ ਬੜੀ ਚੀਜ਼ ਵੇ ਇਹਨੂੰ ਫਲੈਟ ਫਲੈਟ ਸਾਲਾ ਖੁਸ਼ ਹੋ ਲੈਂਦਾ ਪਤਾ ਕੀ ਚੱਕਰ ਆ ਉਹ ਫਲੈਟ ਆ ਗਏ ਆਪਾਂ ਹੈ ਰੁਕੋ ਇੱਥੇ ਕੀ ਆ ਤੈਨੂੰ ਕਹਿੰਦੀ ਹੋਣੀ ਸਾਲੇ ਛੜੇ ਮਿਲਾਂਗੇ ਆਪਾਂ ਦੱਸਦਾ ਨੀ ਰੁਕੋ ਕੀ ਗੱਲ ਹੋਈ ਪੁੱਤ ਫਲੈਟ ਆ ਗਏ ਆਪਾਂ ਹੈ ਓਏ ਇੱਥੇ ਉਹਨਾਂ ਨੇ ਸਰਨਾ ਹੀ ਵੇਖੀ ਹੁਣ ਹੈ ਦੱਸਦਾ ਨੀ ਹੈ ਓਏ ਚੱਲੀਏ ਪਿੰਡ ਨੂੰ ਛੱਡ ਪਰਾਂ ਕੀ ਲੈਣਾ ਬੱਲੇ ਬੱਲੇ ਜੇ ਆਪਾਂ ਵਿੰਦਾ ਉਸੇ ਵੇਲੇ ਹਨਾ ਇਹ ਆ ਥੱਲੇ ਆਣਾ ਵੇਖ ਕਿੱਡਾ ਓਏ ਉਹ ਤੇਰਾ ਭਲਾ ਜੇ ਤੇਰਾ ਓਏ ਹੋਏ 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 ਗੁਰੂ ਆ ਚੱਲ ਚੱਲ ਚੜਦੀ ਵੀ ਇੰਨੀ ਖੁਸ਼ੀ ਤੇ ਉਤਰਦੀ ਵੀ ਇੰਨੀ ਉਤਰਦੀ ਵੀ ਇੰਨੀ ਚੱਲ ਹਰ ਹਾਂ ਲੈ ਲੈ ਵੇ ਕਿੱਡਾ ਖੁਸ਼ੀ ਫਲੈਟ ਚ ਆ ਗਏ ਹੈ ਚੱਲ ਵੇ ਭਾਈ ਅਖਰਾ ਆ ਜਾ ਬਾਹਰ ਨਹੀਂ ਫਿਰਨਾ ਤੈਨੂੰ ਸਾਡਾ ਕੁਛ ਮਤਲਬ ਜਿਹੜਾ ਲੈਣਾ ਹੋਇਆ ਤੂੰ ਹੈਗਾ ਬਹੁਤ ਤੇਜ਼ ਆ ਕਦੇ ਕੁਛ ਵੱਜ ਕੇ ਜਾਣ ਵਾਲਾ ਜਿਨਸ ਹੈ ਨਹੀਂ ਪਰ ਫਿਰ ਵੀ ਦੁਨੀਆ ਤਾਂ ਤਾਂ ਬੈਠੀ ਹੈ ਤੇ ਵੀ ਕਿਉਂ ਛੋਟੇ ਛੋਟੇ ਇਹ ਸਭ ਤੋਂ ਪਹਿਲਾਂ ਉੱਤਰਦਾ ਹੀ ਹੈਂ ਕਿੱਡਾ ਮੋਇਨਾ ਕਰਦਾ ਗਾੜੀ ਗਾੜੀ ਦੂਜਾ ਕੁੱਤਾ ਨਹੀਂ ਦੱਸਦਾ ਜਿੱਦਾਂ ਤੇ ਜਿਹੜੇ ਹੁੰਦੇ ਜਿਹੜੇ ਪਹਿਲਾਂ ਸੁੰਘਦੇ ਆ ਕਿ ਨਹੀਂ ਗਾੜੀ ਕੋਈ ਚੱਕਰ ਨਾ ਵੀ ਤੇ ਫਿਰ ਢਿੱਲੋ ਨਹੀਂ ਯਾਰ ਤੂੰ ਸਾਲਿਆ ਉਹ ਬਣਿਆ ਕੁੱਤਾ ਹੈਂ ਦੱਸਦਾ ਨਹੀਂ ਦਬਕਾ ਕਿੰਨੇ ਮਾਰਤਾ ਤਾਂ ਤੂੰ ਸਾਲਿਆ ਅੱਡ ਤੋਂ ਪਹਿਲਾਂ ਗੋਲੀ ਨਹੀਂ ਜਾਣਾ ਪਛਾਣ ਹੈਂ ਰੁਕੋ ਖਿਚਾ ਤਾਂ ਫਿਰਦਾ ਪੁੱਤ ਆਹ ਤਾਂ ਰੋਟੀ ਪਵਾਂ ਇੱਧਰ ਆ ਤੂੰ ਆ ਜਾ ਇਹਨੂੰ ਪਾਈ ਇਹਦੇ ਮੈਂ ਬੈਗ 'ਚ ਲਿਆਉਂਦੇ ਇਹਦੇ ਪਾਊਚ 'ਚ ਖਾਣ ਪੀਣ ਲਈ ਕਿੱਥੇ ਕੁਝ ਮੁੜੇ ਹੈਂ ਖਾਣਾ ਹੀ ਦੱਸਦਾ ਨਹੀਂ ਪਵਾਂ ਹਾਂ ਅੱਗੇ ਪਾਓ ਕਿ ਨਹੀਂ ਘੱਟ ਲੱਗੀ ਲੱਗਦੀ ਸਾਲਾ ਇਹ ਬੁੜਕ ਬੁੜਕ ਵੱਜਦਾ ਨਾ ਤੂੰ ਤੇ ਮੇਰੇ ਵਿੱਚ ਹੈਂ ਮਿੱਤਰ ਕਹਿੰਦੇ ਕੌਣ ਆ ਗਿਆ ਕਹਿੰਦੇ ਜੀਗਾ ਆ ਗਿਆ ਜਿੱਗੇ ਤੂੰ ਹੀ ਮੇਰੇ ਕੋਲ ਲਿੱਸਾ ਬਾਬਾ ਹੀ ਹੋ ਗਿਆ ਹੈਂ ਕੱਲ ਆਵਾਂਗੇ ਪੂਰੀ ਮਹਿਫਲ